ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਜੀ ਦਾ ਜੋ ਆਪ ਸੰਗਤ ਸਾਰੇ ਜਨਮ ਦਿਨ ਮਨਾ ਰਹੇ ਹੋ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਹੇ ਹੋ, ਆਪਾਂ ਉਸ ਮਹਾਂਪੁਰਖ ਦੇ ਪ੍ਰਥਾਏ ਜੋ ਗੁਰਬਾਣੀ ਅੰਦਰ ਉਹਨਾਂ ਦਾ ਸਤਿਕਾਰ ਪਿਆਰ ਹੈ, ਜਾਂ ਗੁਰਬਾਣੀ ਕਹਿ ਲਓ ਕਿ ਉਹਨਾਂ ਦਾ ਹਿਰਦਾ ਹੈ, ਬਾਬਾ ਦੀਪ ਸਿੰਘ ਜੀ ਦਾ ਹਿਰਦਾ ਹੈ ਬਾਣੀ, ਉਸ ਬਾਣੀ ਦੀ ਰੋਸ਼ਨੀ ਦੇ ਵਿੱਚ ਆਪਾਂ ਉਹਨਾਂ ਦਾ ਜੋ ਪ੍ਰਕਾਸ਼ ਜਨਮ ਦਿਨ ਹੈ, ਕਿਉਂਕਿ ਹੈ ਤਾਂ ਜਨਮ ਮਰਨ ਦੋ ਮੈਂ ਨਾ ਹੀ ਜਨ ਪਰ ਉਪਕਾਰੀ ਆਏ, ਆਪਾਂ ਉਹਨਾਂ ਦੇ ਉਸ ਆਉਣ ਨੂੰ ਬਾਣੀ ਦੇ ਰਾਹੀਂ ਭਾਈ ਗੁਰਦਾਸ ਜੀ ਦੀ ਵਾਰ ਹੈ ਜਿਹੜੀ ਹੁਣੇ ਆਪਾਂ ਸਰਵਣ ਕਰਾਂਗੇ। ਪਰ ਉਪਕਾਰੀ ਮਿਲਣ ਹਸਨ ਦੇ, ਉਹ ਗੁਰਮੁਖ ਰੂਹਾਂ, ਕਿਉਂਕਿ ਇਹ ਨਾਮ ਜਪਣ ਵਾਲਾ ਜਾਣਦਾ ਹੈ ਕਿ ਉਹਨਾਂ ਦਾ ਮੇਲਾ ਕੀ ਹੁੰਦਾ, ਉਹ ਕਿੱਦਾਂ ਹਾਜ਼ਰ ਨਾਜ਼ਰ ਸ਼ਹੀਦ ਸਿੰਘ ਕਿੱਦਾਂ ਹੁੰਦੇ। ਸੋ ਆਓ ਬਾਣੀ ਦੀ ਰੋਸ਼ਨੀ ਦੇ ਵਿੱਚ ਸਾਰੇ ਹੀ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ, ਫਿਰ ਨਾਲ ਹੀ ਕੀਰਤਨ ਦੀ ਰਮਤਾ, ਸਾਰਿਆਂ ਨੇ ਆਪਾਂ ਰਲ ਕੇ, ਇੱਕ ਗੁਰੂ ਕਾ ਪਰਿਵਾਰ ਗੁਰੂ ਕੀ ਸੰਗਤ ਬੈਠੀ ਹੈ, ਸਾਰਿਆਂ ਨੇ ਰਲ ਕੇ ਉਸ ਸਾਂਝ ਨੂੰ ਇਹਦਾ ਕੀਰਤਨ ਦੇ ਵਿੱਚ ਪ੍ਰਗਟ ਕਰਨਾ ਹੈ, ਸਹਿਯੋਗ ਕਰਨਾ ਹੈ। ਫਤਿਹ ਬੁਲਾਓ ਪਹਿਲਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you.
Oh,
Thank you.
ਹਰ ਕੇ ਸੰਤ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਏ ਤਾਂ ਕੈ ਹਰ ਹਰ Yeah.
सलाम।